ਪੰਜਾਬ ਦਾ ਇੱਕ ਵੱਡਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਾਫੀ ਦਿਨ ਤੋਂ ਬੰਦ ਸੀ, ਕਿਸਾਨਾਂ ਦੇ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ, ਧਰਨਾ ਲਗਾਇਆ ਹੋਇਆ ਸੀਗਾ, ਉੱਥੇ ਇੱਕ ਗ੍ਰਿਫਤਾਰੀ ਹੋਈ ਹੈ, ਇੱਕ ਕਿਸਾਨ ਲੀਡਰ ਦੀ ਗ੍ਰਿਫਤਾਰੀ ਹੋਈ ਹੈ, ਅਤੇ ਉਸ ਤੋਂ ਬਾਅਦ ਟੋਲ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ, ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ, ਉੱਥੇ ਹੁਣ ਟੋਲ ਕੱਟਣਾ ਸ਼ੁਰੂ ਹੋ ਗਿਆ। ਪਹਿਲਾਂ ਕਾਫੀ ਦੇਰ ਤੋਂ ਇਹ ਟੋਲ ਜਿਹੜਾ ਉਹ ਨਹੀਂ ਕੱਟਦਾ ਪਿਆ ਸੀ, ਕਾਫੀ ਵੱਡਾ ਨੁਕਸਾਨ ਹੋ ਰਿਹਾ ਸੀਗਾ। ਔਰ ਇੱਥੋਂ ਤੱਕ ਕਿ ਇਹ ਗੱਲਾਂ ਵੀ ਹੋਈਆਂ ਸੀਗੀਆਂ ਕਿ ਜਲਦ ਤੋਂ ਜਲਦ ਇਹ ਟੋਲ ਸ਼ੁਰੂ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਕੇਂਦਰ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਜਲਦ ਤੋਂ ਜਲਦ ਇਹ ਟੋਲ ਸ਼ੁਰੂ ਕਰਵਾ ਦਿੱਤਾ ਜਾਵੇਗਾ, ਹੁਣ ਬਾਹਲਾ ਚਿਰ ਨਹੀਂ ਲੱਗੂਗਾ। ਔਰ ਲੱਗਦਾ ਕਿ ਉਹ ਐਕਸ਼ਨ ਹੁਣ ਕਰ ਦਿੱਤਾ ਗਿਆ, ਇੱਕ ਕਿਸਾਨ ਲੀਡਰ ਦੀ ਗ੍ਰਿਫਤਾਰੀ ਹੋ ਗਈ ਹੈ, ਔਰ ਇਸ ਤੋਂ ਬਾਅਦ ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ। ਕਿਸਾਨ ਲੀਡਰ ਬਿਨਵਾਕ ਸਿੰਘ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਉਹ ਲੀਡਰ ਦੱਸੇ ਜਾ ਰਹੇ ਨੇ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਇੱਕ ਵੀਡੀਓ ਵੀ ਸਾਹਮਣੇ ਪੇਸ਼ ਆ ਰਹੀ ਹੈ। ਉਸ ਵੀਡੀਓ ਦੇ ਵਿੱਚ ਅੰਤ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਸੁਣਾਈ ਦੇ ਰਹੀ ਹੈ ਜਿਸ ਤੋਂ ਪ੍ਰਸ਼ਾਸਨ ਦੇ ਉੱਤੇ ਸਵਾਲ ਖੜ੍ਹੇ ਹੋ ਰਹੇ ਨੇ। ਦਰਅਸਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੁੰਦੀ ਹੈ, ਪੁਲਿਸ ਪ੍ਰਸ਼ਾਸਨ ਮੌਜੂਦ ਹੁੰਦਾ ਉੱਥੇ, ਪੁਲਿਸ ਵਾਲਾ ਇੱਕ ਨਜ਼ਰ ਵੀ ਆ ਰਿਹਾ ਸਾਹਮਣੇ, ਔਰ ਵੀਡੀਓ ਬਣਾਉਣ ਵਾਲਾ ਵਿਅਕਤੀ ਜਿਹੜਾ ਆ ਉਹ ਅਚਾਨਕ ਕਹਿੰਦਾ ਛੱਡ ਦਿਓ ਮੈਨੂੰ, ਯਾਨੀ ਕਿ ਉਸਦਾ ਕੈਮਰਾ ਕੋਈ ਫੜ ਲੈਂਦਾ। ਸਾਫ਼ ਪ੍ਰਤੀਤ ਹੋ ਰਿਹਾ ਕਿ ਉਸਦੇ ਕੈਮਰੇ ਦੇ ਅੱਗੇ ਇੱਕ ਹੱਥ ਆ ਗਿਆ, ਔਰ ਉਸ ਤੋਂ ਬਾਅਦ ਉਹ ਆਵਾਜ਼ ਆਉਂਦੀ ਹੈ ਕਿ ਛੱਡ ਦਿਓ, ਔਰ ਉਸ ਤੋਂ ਬਾਅਦ ਜਿਹੜਾ ਅਗਲਾ ਵਿਅਕਤੀ ਬੋਲਦਾ ਆ ਉਹ ਸਾਫ਼ ਕਹਿੰਦਾ ਹੈ ਕਿ ਮੈਂ ਜੁੱਤੀਆਂ ਮਾਰੂੰ ਤੈਨੂੰ। ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਵਰਤੀ ਜਾਂਦੀ ਹੈ। ਇੱਥੋਂ ਸਵਾਲ ਖੜ੍ਹਾ ਹੋ ਰਿਹਾ ਕਿ ਪ੍ਰਸ਼ਾਸਨ ਹੁਣ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਗੱਲ ਨੂੰ, ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਨਾ ਪਹੁੰਚੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪਹਿਲਾਂ ਤਾਂ ਇਹ ਗੱਲ ਇਹ ਵਾਅਦਾ ਕਰ ਲਿਆ ਗਿਆ ਸੀਗਾ ਕਿ ਟੋਲ ਪਲਾਜ਼ਾ ਜਾਰੀ ਕਰ ਦਿੱਤਾ ਜਾਵੇਗਾ, ਸਰਕਾਰ ਵੱਲੋਂ ਇਹ ਵਾਅਦਾ ਜਿਹੜਾ ਉਹ ਕੀਤਾ ਜਾਂਦਾ। ਇਸ ਦੇ ਬਾਵਜੂਦ ਹੁਣ ਜਦੋਂ ਇਹ ਕੀਤਾ ਗਿਆ ਤਾਂ ਇਸ ਧੜੱਲੇ ਦੇ ਨਾਲ ਕੀਤਾ ਗਿਆ ਕਿ ਇੱਧਰ ਵੱਲ ਨੂੰ ਇਸ਼ਾਰਾ ਹੋ ਰਿਹਾ, ਜੋ ਇਹ ਗੱਲ ਰਿਕਾਰਡ ਹੋਈ ਹੈ ਇਹਦਾ ਮਤਲਬ ਕੀ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਦਬਾਅ ਪਾ ਕੇ ਇਹ ਸਾਰਾ ਕੁਝ ਕੀਤਾ। ਇੱਕ ਕਿਸਾਨ ਲੀਡਰ ਜਿਹੜਾ ਕਥਿਤ ਤੌਰ 'ਤੇ ਗ੍ਰਿਫਤਾਰ ਹੋਇਆ, ਉਸ ਕਿਸਾਨ ਲੀਡਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਥਿਤ ਤੌਰ ਦੇ ਉੱਤੇ ਸਾਰਾ ਭਾਣਾ ਵਾਪਰਿਆ, ਕੀ ਕੁਝ ਹੋਇਆ ਉਹ ਵੀਡੀਓ ਦੇ ਵਿੱਚ ਕੀ ਬੋਲਿਆ ਆਓ ਸੁਣੋ। ਕਰਤਾ ਮੰਨੂ ਇਹਨਾਂ ਤੇ ਖਾਣੀ ਚੱਲੀ ਜਾਂਦਾ ਠੀਕ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।